ਬਟਿੰਡਾ ਦੇ ਸਬ ਡਿਵੀਜ਼ਨ ਪੁਲਿਸ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ। ਤਲਵੰਡੀ ਸਾਬੋ ਅਤੇ ਉਸ ਦੇ ਇਲਾਕਿਆਂ ਵਿੱਚ ਵੱਡੀ ਗਿਣਤੀ 'ਚ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਗਿਆ। ਇਸ ਦੌਰਾਨ ਸ਼ੱਕੀ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਿੱਤੀ ਗਈ, ਜਦੋਂ ਕਿ ਸਵੇਰ ਸਮੇਂ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਸਰਚ ਅਭਿਆਨ ਵਿੱਚ ਤਲਵੰਡੀ ਸਾਬੋ, ਰਾਮਾ ਖਾਣੀਆਂ ਤੋਂ ਇਲਾਵਾ ਅਤੇ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਹੈੱਡਕੁਆਟਰ ਤੋਂ ਪੁਲਿਸ ਫੋਰਸ ਤੈਨਾਤ ਕੀਤੀ ਹੋਈ ਸੀ। ਇਸ ਸਰਚ ਅਭਿਆਨ ਦੀ ਅਗਵਾਈ DSP ਤਲਵੰਡੀ ਸਾਬੋ ਕਰ ਰਹੇ ਸਨ, ਜਿਨ੍ਹਾਂ ਨੇ ਦੱਸਿਆ ਕਿ ਇਲਾਕੇ ਵਿੱਚ ਨਸ਼ੇ ਦੀ ਵਿਕਰੀ ਦੀਆਂ ਲਗਾਤਾਰ ਮਿਲ ਰਹੀ ਸ਼ਿਕਾਇਤਾਂ ਤੋਂ ਬਾਅਦ ਸਰਚ ਅਭਿਆਨ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਨਸ਼ਾ ਵੇਚਣ ਵਾਲੇ ਕਿਸੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਏਗਾ ਅਤੇ ਲਗਾਤਾਰ ਸਰਚ ਅਭਿਆਨ ਜਾਰੀ ਰਹਿਣਗੇ। ਦੱਸਣਾ ਬਣਦਾ ਹੈ ਕਿ ਬੀਤੇ ਦਿਨ ਤਲਵੰਡੀ ਸਾਬੋ ਵਿਖੇ ਇੱਕ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਦੇ ਨਾਲ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਨਗਰ ਵਾਸੀਆਂ ਨੇ ਸ਼ਹਿਰ ਵਿੱਚ ਚਿੱਟੇ ਦਾ ਨਸ਼ਾ ਖੁੱਲ੍ਹਿਆਂ ਵਿਕਣ ਦੇ ਦੋਸ਼ ਲਗਾਉਂਦੇ ਹੋਏ ਪੁਲਿਸ ਤੇ ਕਾਰਵਾਈ ਨਾ ਕਰਨ ਤੇ ਸਵਾਲ ਚੁੱਕੇ ਸੀ। ਅੱਜ ਜਿਹੜਾ ਹੈ ਮਾਨਯੋਗ SSP ਸਾਹਿਬ ਬਠਿੰਡਾ ਜੀ ਦੀ ਹਦਾਇਤ 'ਤੇ ਅਸੀਂ ਜਿਹੜੇ ਪਿੰਡਾਂ ਦੀ ਨਸ਼ੇ ਦੀ ਜ਼ਿਆਦਾ ਸ਼ਿਕਾਇਤ ਸੀ ਪਬਲਿਕ ਵੱਲੋਂ, ਜਾਂ ਪਬਲਿਕ ਵੱਲੋਂ ਸ਼ਿਕਾਇਤਾਂ ਆ ਰਹੀਆਂ ਸੀ ਕਿ ਇੱਥੇ ਜਿਹੜਾ ਹੈ ਨਸ਼ਾ ਜ਼ਿਆਦਾ ਵਿਕਦਾ, ਉਹਨਾਂ ਪਿੰਡਾਂ ਦੀ ਜਿਹੜੀ ਹੈ ਅਚਨਚੇ ਚੈਕਿੰਗ ਕਰ ਰਹੇ ਹਾਂ, ਜਿਹਦੇ ਵਿੱਚ ਤਲਵੰਡੀ ਸਾਬੋ ਨੂੰ ਇੱਕ ਨੰਬਰ 'ਤੇ ਚੈੱਕ ਕੀਤਾ। ਅਤੇ ਇੱਥੇ ਅਸੀਂ ਜਿਹੜਾ ਹੈ ਥਾਣਾ ਰਾਮਾ, ਥਾਣਾ ਤਲਵੰਡੀ, ਸੌੜੀ ਦੀ ਸਾਰੀ ਫੋਰਸ ਅਤੇ ਹੈੱਡਕੁਆਰਟਰ ਤੋਂ ਕਾਫੀ ਫੋਰਸ ਮੰਗਵਾ ਕੇ ਮਾਨਯੋਗ SSP ਸਾਹਿਬ ਦੀਆਂ ਹਦਾਇਤਾਂ 'ਤੇ ਸਾਰੇ ਹੀ ਸ਼ੱਕੀ ਹੁੰਦੇ ਆ ਜਿਨ੍ਹਾਂ ਦੇ ਉੱਤੇ ਪਹਿਲਾਂ ਨਸ਼ੀਲੇ ਪਦਾਰਥਾਂ ਦੇ ਪਰਚੇ ਦਰਜ ਹੋਏ ਨੇ, ਜਾਂ ਜਿਨ੍ਹਾਂ ਦੇ ਸ਼ੱਕ ਹੈ ਕਿ ਉਹ ਨਸ਼ੇ ਦਾ ਧੰਦਾ ਕਰਦੇ ਹਨ ਜਾਂ ਹੋਰ ਕੋਈ ਮਾੜਾ ਕੰਮ ਕਰਦੇ ਹਨ, ਉਹਨਾਂ ਸਾਰੇ ਤਰ੍ਹਾਂ ਦੇ ਵਿਅਕਤੀਆਂ ਨੂੰ ਜਿਹੜਾ ਅਸੀਂ ਚੈੱਕ ਕੀਤਾ ਘਰਾਂ ਦੇ ਵਿੱਚ, ਅਤੇ ਅੱਗੇ ਹੋਰ ਵੀ ਪਿੰਡਾਂ ਨੂੰ ਅਸੀਂ ਸਰਚ ਕਰ ਰਹੇ ਹਾਂ ਤਾਂ ਕਿ ਜਿਹੜਾ ਹੈ ਨਸ਼ਾ ਵੇਚਣ ਵਾਲੇ ਜਿਹੜੇ ਹੈ ਉਹ ਇਸ ਏਰੀਆ ਸਰਗਰਮ ਨਾ ਹੋਣ ਅਤੇ ਨਸ਼ੇ ਦਾ ਜਿਹੜਾ ਹੈ ਪਰਮਾਰ ਜਿਹੜੀ ਇਸ ਇਲਾਕੇ ਦੇ ਵਿੱਚ ਜ਼ਿਆਦਾ ਚਰਚਿਤ ਹੈ ਉਹ ਜਿਹੜੀ ਹੈ ਬੰਦ ਕੀਤੀ ਜਾ ਸਕੇ, ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਦੀਆਂ ਹਦਾਇਤਾਂ 'ਤੇ ਅਤੇ ਮਾਨਯੋਗ DGP ਸਾਹਿਬ ਦੀਆਂ ਹਦਾਇਤਾਂ 'ਤੇ ਨਸ਼ੇ ਨੂੰ ਅਸੀਂ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਦੇ ਅਤੇ ਨਸ਼ਾ ਕਿਸੇ ਵੀ ਕੀਮਤ 'ਤੇ ਅਸੀਂ ਵਿਕਣ ਨਹੀਂ ਦੇਣਾ। ਨਸ਼ੇ ਨੂੰ ਜਿਹੜਾ ਹੈ ਮੁੱਢੋਂ ਖਤਮ ਕਰਨਾ ਇਹ ਸਾਡਾ ਜਿਹੜਾ ਵਰਨ ਹੈ, ਅਤੇ ਲੋਕਾਂ ਨੂੰ ਵੀ ਅਸੀਂ ਤੁਹਾਡੇ ਚੈਨਲ ਰਾਹੀਂ ਅਪੀਲ ਕਰਦੇ ਹਾਂ ਕਿ ਨਸ਼ਿਆਂ ਦੇ ਖਿਲਾਫ਼ ਪੰਜਾਬ ਪੁਲਿਸ ਵੱਲੋਂ ਮਾਨਯੋਗ SSP ਸਾਹਿਬ ਬਠਿੰਡਾ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਦੇ ਵਿੱਚ ਸਾਨੂੰ ਸਹਿਯੋਗ ਦੇਣ, ਸਾਨੂੰ ਜੋ ਵੀ ਨਸ਼ਿਆਂ ਦੇ ਬਾਰੇ ਸਾਡੇ ਜਿਹੜੇ ਹੈਗੇ ਨੇ ਕੰਟਰੋਲ ਰੂਮ ਦੇ ਫੋਨ ਨੰਬਰ 100 ਨੰਬਰ ਜਾਂ 112 ਨੰਬਰ 'ਤੇ ਕੋਈ ਵੀ ਜਿਹੜਾ ਇਤਲਾਹ ਦਿੰਦਾ ਹੈ ਅਸੀਂ ਉਹਦਾ ਨਾਂ ਗੁਪਤ ਰੱਖਦੇ ਹਾਂ ਅਤੇ ਅਸੀਂ ਉਹਦੇ 'ਤੇ ਫੌਰੀ ਜਿਹੜਾ ਐਕਸ਼ਨ ਕਰਦੇ ਹਾਂ ਅਤੇ ਤਾਂ ਕਿ ਜਿਹੜਾ ਨਸ਼ੇ ਨੂੰ ਜਿਹੜਾ ਹੈ ਸਮਾਜ ਦੇ ਵਿੱਚੋਂ ਹਟਾਇਆ ਜਾ ਸਕੇ।